ਬਠਿੰਡਾ ਬਰਨਾਲਾ ਰੋਡ 'ਤੇ ਰਾਮਪੁਰਾ ਰੇਲਵੇ ਲਾਈਨ 'ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਦਾ ਬੀਤੀ ਰਾਤ ਇੱਕ ਪਿੱਲਰ ਟੁੱਟ ਕੇ ਡਿੱਗ ਪਿਆ, ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਤਾਂ ਨਹੀਂ ਹੈ, ਪਰ ਇਸ ਪੁਲ 'ਤੇ ਘਟੀਆ ਲਗਾਏ ਜਾ ਰਹੇ ਮਟੀਰੀਅਲ ਦੀ ਪੋਲ ਖੁੱਲ੍ਹ ਗਈ ਹੈ। ਦੂਜੇ ਪਾਸੇ ਰਾਮਪੁਰਾ ਦੇ ਸਮਾਜ ਸੇਵੀ ਸੀਤਾਰਾਮ ਦੀਪਕ ਨੇ ਮੰਗ ਕੀਤੀ ਹੈ ਕਿ ਇਸ ਪੁਲ 'ਤੇ ਲਗਾਏ ਜਾ ਰਹੇ ਮਟੀਰੀਅਲ ਦੀ ਜਾਂਚ ਕਰਾਈ ਜਾਵੇ ਅਤੇ ਸੈਂਟਰ ਗੌਰਮੈਂਟ ਇਸ ਸੰਬੰਧੀ ਪੂਰੀ ਜਾਂਚ ਕਰੇ ਤਾਂ ਹੀ ਇਹ ਪੁਲ ਚਾਲੂ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਪੁਲ ਦਾ ਰਸਤਾ ਨੀਚੋਂ ਫਾਟਕ ਤੋਂ ਬੰਦ ਨਾ ਕੀਤਾ ਜਾਵੇ, ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਰੱਖਣ ਤੋਂ ਪਹਿਲਾਂ ਹੀ ਇਹਦਾ ਹਾਲ ਹੈ ਤਾਂ ਸਾਡੇ ਇਹ ਰੱਖਣ ਤੋਂ ਬਾਅਦ ਸਾਡੇ ਇੱਥੇ ਜਿਹੜੀਆਂ ਕੀਮਤੀਆਂ ਇੰਨੀਆਂ ਜਾਨਾਂ ਤੁਰੀਆਂ ਫਿਰਦੀਆਂ ਉਹਨਾਂ ਦਾ ਕੀ ਨੁਕਸਾਨ ਹੋ ਸਕਦਾ ਸੀ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਦੀ ਹੋਰ ਵੀ ਜਿਹੜੇ ਪਿੱਲਰ ਰੱਖੇ ਹੈ ਉਹਨਾਂ ਦੀ ਜਾਂਚ ਕਰਾਓ ਵੀ ਇਹੋ ਜਿਹੇ ਹਾਦਸੇ ਹੁਣ ਬਚ ਜਾਣ। ਅਤੇ ਇਹ ਇੱਕ ਬਹੁਤ ਅਣਸੁਚੀ ਘਟਨਾ ਵਾਪਰਨ ਵਾਲੀ ਸੀ ਕਿ ਉਹ ਬਚ ਗਈ। ਮੇਰਾ ਨਾਂ ਰਤਨ ਕੁਮਾਰ ਜੀ ਅਤੇ ਸਾਡੀ ਸੰਘਰਸ਼ਕ ਫਾਟਕ ਖੁੱਲ੍ਹੋ ਸੰਘਰਸ਼ਕ ਕਮੇਟੀ ਦਾ ਮੈਂ ਮੈਂਬਰ ਹੈ। ਅਸੀਂ ਕੱਲ੍ਹ ਵੀ ਅਸੀਂ ਰੇਲਵੇ ਮੰਤਰੀ ਨੂੰ ਪਰਸੋਂ ਮਿਲ ਕੇ ਆਏ ਹਾਂ, ਉਹਨਾਂ ਵੀ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਖੋਲ੍ਹਾਂਗੇ, ਪਰ ਹੁਣ ਇਹ ਜ਼ਰੂਰ ਖੋਲ੍ਹਣਾ ਇਹਨਾਂ ਨੂੰ ਚਾਹੀਦਾ। ਜਨਤਾ ਬਹੁਤ ਔਖੀ ਹੋ ਰਹੀ ਹੈ, ਇਹ ਫਾਟਕਾਂ ਨੂੰ ਟੈਂਪਰੇਰੀ ਭਾਵੇਂ ਟੈਂਪਰੇਰੀ ਚਾਲੂ ਕਰਨ 2-4 ਮਹੀਨਿਆਂ ਵਾਸਤੇ, ਜਦੋਂ ਪੁਲ ਚਾਲੂ ਹੋ ਗਿਆ ਉਦੋਂ ਬਾਅਦ ਇਹਨੂੰ ਭਾਵੇਂ ਬੰਦ ਕਰਨ, ਸਾਨੂੰ ਬਹੁਤ ਜ਼ਿਆਦਾ ਸਮੱਸਿਆ। ਇਸ ਗੱਲ ਦਾ ਗੌਰ ਇਹਨਾਂ ਨੂੰ ਕਰਨਾ ਚਾਹੀਦਾ। ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ, ਰੇਲਵੇ ਮੰਤਰੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਫਾਟਕ ਚਾਲੂ ਕਰਨ ਹੀ। ਆਹ ਜਿਹੜਾ ਆਪਣਾ ਰਾਮਪੁਰਾ ਫੂਲ ਬਠਿੰਡਾ ਬਰਨਾਲਾ ਰੋਡ 'ਤੇ ਪੁਲ ਬਣ ਰਿਹਾ ਹੈ, ਇਹਦੀ ਹਾਲਤ ਖਸਤਾ ਇੰਨੀ ਹੈ ਕਿ ਰੱਖਣ ਲੱਗੇ ਹੀ ਇਹ ਟੁੱਟ ਗਿਆ। ਜੇ ਕੱਲ੍ਹ ਨੂੰ ਇਹ ਪੁਲ ਚਾਲੂ ਹੋ ਗਿਆ ਇਹਦੇ ਉੱਪਰ ਦੀ 50-50 ਟਨ ਵਾਲੇ 60-60 ਟਨ ਵਾਲੇ ਟਰਾਲੇ ਲੰਘਣੇ ਹੈ, ਉਦੋਂ ਇਹਨਾਂ ਦਾ ਕੀ ਅਸਰ ਹੋਊਗਾ। ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਇਹ ਕੰਮ ਚੱਲ ਰਿਹਾ ਇਹ ਫੌਰੀ ਤੌਰ 'ਤੇ ਬੰਦ ਕੀਤਾ ਜਾਵੇ ਅਤੇ ਸੈਂਟਰ ਸਰਕਾਰ ਇਸ ਦੀ ਪਹਿਲਾਂ ਜਾਂਚ ਕਰਾਵੇ ਵੀ ਇਹ ਮਟੀਰੀਅਲ ਕੀ ਲੱਗ ਰਿਹਾ ਹੈ। ਜੇ ਅੱਜ ਇਹ ਟੁੱਟ ਰੱਖਣ ਲੱਗੇ ਟੁੱਟ ਗਿਆ ਤਾਂ ਕੱਲ੍ਹ ਨੂੰ ਇਹਦਾ ਅਸਰ ਕੀ ਹੋਊਗਾ। ਜੇ ਕੱਲ੍ਹ ਨੂੰ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਇਹ ਜਿਹੜਾ ਤਾਲੀ ਜੀ ਪਾਉਂਦਾ ਨਾ ਮੋਦੀ ਭਾਈਓ ਬਹਿਣੋ, ਇਹ ਕਹਿੰਦਾ ਇਹ ਜ਼ਿੰਮੇਵਾਰ ਹੋਊਗਾ ਜੇ ਕੱਲ੍ਹ ਨੂੰ ਕੋਈ ਇਹਦਾ ਹਾਦਸਾ ਹੁੰਦਾ। ਫੌਰੀ ਤੌਰ 'ਤੇ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਵੀ ਇਸ ਨੂੰ ਬੰਦ ਕਰੇ ਕੰਮ ਨੂੰ ਅਤੇ ਇਸ ਦੀ ਇਨਕੁਆਇਰੀ ਉੱਚ ਪੱਧਰੀ ਕਰਾ ਕੇ ਵੀ ਇਹ ਜਿਹੜਾ ਰੱਖਣ ਲੱਗੇ ਵੀ ਗਾਰਡਰ ਕਿਉਂ ਟੁੱਟਿਆ ਅਤੇ ਉਦੋਂ ਬਾਅਦ ਇਸ ਨੂੰ ਚਾਲੂ ਕੀਤਾ ਜਾਵੇ। ਅਤੇ ਜਿਹੜਾ ਇਹ ਫਾਟਕ ਹੈ ਇਹ ਫਾਟਕ ਇੱਥੋਂ ਦੀ ਰਸਤਾ ਦਿੱਤਾ ਜਾਵੇ ਤਾਂ ਕਿ ਪਬਲਿਕ ਪਰੇਸ਼ਾਨ ਨਾ ਹੋਵੇ। ਦੇਸ਼ ਵਿਦੇਸ਼ ਟੀਵੀ ਲਈ ਰਾਮਪੁਰਾ ਫੂਲ ਤੋਂ ਅਮਨ ਜੇਠੀ ਦੀ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਜਾਵੇ। ਦੀਦੀ ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਸਵੇਰੇ ਫਿਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲਾ ਪੰਜਾਬੀ ਸਕਰੀਨ।